ਲੋਕਾਂ ਨੂੰ ਸਾਫ ਸੁਥਰਾ ਤੇ ਮਿਆਰੀ ਖਾਦ ਪਦਾਰਥ ਮੁਹੱਈਆ ਕਰਵਾਉਣ ਲਈ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਸੁਰਿੰਦਰ ਸਿੰਘ ਵੱਲੋਂ ਅੱਜ ਇੱਕ ਸ਼ਿਕਾਇਤ ਦੇ ਆਧਾਰ ਤੇ ਹੁਸ਼ਿਆਰਪੁਰ ਮਾਲ ਰੋਡ ਤੇ ਸਥਿਤ ਈਜ਼ੀਡੇ ਤੇ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਿਮਾਂਸ਼ੂ ਵੱਲੋਂ ਕੱਲ੍ਹ ਸ਼ਿਕਾਇਤ ਦਿੱਤੀ ਗਈ ਸੀ ਕਿ ਉਸ ਵੱਲੋਂ ਈਜ਼ੀਡੇ 'ਚੋਂ ਖਾਣ ਲਈ ਕੁਝ ਸਮਾਨ ਖਰੀਦਿਆ ਗਿਆ ਸੀ ਜਿਸ ਨੂੰ ਖਾਣ ਤੋਂ ਬਾਅਦ ਉਹਨਾਂ ਦੀ ਸਿਹਤ ਖਰਾਬ ਹੋ ਗਈ ਸੀ ਅਤੇ ਜਦੋਂ ਉਹਨਾਂ ਵੱਲੋਂ ਉਕਤ ਸਮਾਨ ਦੀ ਤਰੀਕ ਚੈੱਕ ਕੀਤੀ ਗਈ ਤਾਂ ਉਸਦੀ ਮਿਆਦ ਲੰਘ ਚੁੱਕੀ ਸੀ। ਜਿਸ ਤੋਂ ਬਾਅਦ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕਰਕੇ ਇੱਥੇ ਚੈਕਿੰਗ ਕੀਤੀ ਗਈ ਹੈ ਅਤੇ ਜੋ ਸਮਾਨ ਐਕਸਪਾਇਰ ਪਾਇਆ ਗਿਆ ਉਸ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ ਹੈ। ਹੁਸ਼ਿਆਰਪੁਰ ਤੋਂ ਚੇਤਨ ਕਸ਼ਯਪ ਅਤੇ ਗੋਵਿੰਦਜੀਤ ਸਿੰਘ ਦੀ ਰਿਪੋਰਟ। ਦੇਖੋ, ਕੱਲ੍ਹ ਸਾਨੂੰ ਟੈਲੀਫੋਨਿਕਲੀ ਮੈਸੇਜ ਹੁਸ਼ਿਆਰਪੁਰ ਨਿਵਾਸੀ ਹਿਮਾਂਸ਼ੂ ਜੀ ਜਿਹੜੇ ਸੀਗੇ ਨੇ ਉਹਨਾਂ ਨੇ ਈਜ਼ੀਡੇ ਤੋਂ ਕੁਛ ਪਰਚੇਸ ਕੀਤਾ ਸੀਗਾ, ਐਡੀਬਲ ਆਈਟਮ, ਜਿਹੜੀ ਕਿ ਇਹਨਾਂ ਨੇ ਬਿੱਲ ਵੀ ਕੱਟਿਆ ਔਰ ਉਹ ਐਕਸਪਾਇਰਡ ਸੀ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਦੋਂ ਮੈਂ ਘਰ ਜਾ ਕੇ ਉਹ ਖਾਧਾ ਤਾਂ ਮੈਨੂੰ ਚੱਕਰ ਆਉਣ ਲੱਗੇ, ਉਹਦੀ ਸਿਹਤ ਵਿਗੜ ਗਈ। ਅਸੀਂ ਡੇ ਟੂ ਡੇ ਮਤਲਬ ਇੱਥੇ ਚੈਕਿੰਗ ਕਰਕੇ ਇਹਨਾਂ ਨੂੰ ਸਟ੍ਰੈਸ ਪਾ ਕੇ ਕਹਿੰਦੇ ਹਾਂ ਕਿ ਕੋਈ ਵੀ ਐਕਸਪਾਇਰਡ ਜਿਹੜੀ ਖਾਣੇ ਵਾਲੀ ਆਈਟਮ ਆ ਉਹ ਨਹੀਂ ਹੋਣੀ ਚਾਹੀਦੀ। ਔਫ ਐਂਡ ਔਫ ਆ ਕੇ ਉਹ ਇਹਨਾਂ ਦਾ ਮਾਲ ਡਿਸਟਰੋਏ ਵੀ ਕਰਾਉਂਦੇ ਆ, ਪਰ ਫਿਰ ਵੀ ਇਹ ਆ ਡੀਲ ਜ਼ੋਨ ਲਿਖਿਆ ਹੋਇਆ ਇੱਧਰ ਦੇਖੋ, ਡੀਲ ਜ਼ੋਨ ਦੇ ਨਾਂ 'ਤੇ ਇੱਥੇ ਮਤਲਬ ਸ਼ੋਰਟ ਐਕਸਪਾਇਰੀ ਦੇ ਨਾਂ 'ਤੇ ਜਿਹੜੀਆਂ ਐਕਸਪਾਇਰਡ ਚੀਜ਼ਾਂ ਹਨ ਖਾਣੇ ਵਾਲੀਆਂ ਆਈਟਮਾਂ ਉਹ ਮਤਲਬ ਵੇਚੀਆਂ ਜਾਂਦੀਆਂ। ਸੇਮ ਘਟਨਾ ਜਿਹੜੀ ਆ ਉਹ ਹਿਮਾਂਸ਼ੂ ਜੀ ਹੋਣਾ ਨੂੰ ਹੋਈ ਹੈ ਔਰ ਉਹਨਾਂ ਨੇ ਮਤਲਬ ਜਦੋਂ ਸਾਨੂੰ ਕੰਪਲੇਂਟ ਆਈ ਸਾਡੇ ਕੋਲ ਇਮੀਡੀਏਟਲੀ ਆਪਾਂ ਗੰਭੀਰਤਾ ਨਾਲ ਲੈਂਦੇ ਹੋਏ ਇਹਨਾਂ 'ਤੇ ਆ ਕੇ ਰੇਡ ਕੀਤੀ ਹੈ। ਜਿੰਨਾ ਵੀ ਇਹਨਾਂ ਦਾ ਮਾਲ ਚੈੱਕ ਕੀਤਾ ਜਿਹੜਾ ਨੀਅਰ ਟੂ ਐਕਸਪਾਇਰੀ, ਆ ਦੇਖੋ ਬੜੇ ਬੜੇ ਚਾਵਲਾਂ ਦੇ ਐਡੇ ਐਡੇ ਪੈਕਟ ਪਏ ਆ ਜਿਹੜੇ 10-10 ਕਿਲੋ ਦੇ ਆ, ਉਹਨਾਂ ਦੀ ਡੇਟ ਐਕਸਪਾਇਰ ਹੋ ਚੁੱਕੀ ਆ, ਪਰ ਉਹ ਸੇਲ ਕਰਦੇ ਆ ਇੱਥੇ ਡੀਲ ਕਰਕੇ। ਅਲਟੀਮੇਟਲੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਆ ਜਿਹੜਾ ਕਿ ਆਪਾਂ ਨਹੀਂ ਹੋਣ ਦਿੱਤਾ ਜਾਵੇਗਾ। ਅਸੀਂ ਇਹਨਾਂ ਦੇ ਈਜ਼ੀਡੇ ਦੇ ਮਾਲਕ ਨੂੰ ਇਹਨਾਂ ਨੂੰ ਕੱਲ੍ਹ ਆਪਾਂ ਇਮੀਡੀਏਟਲੀ ਜੋ ਮਤਲਬ ਕਾਨੂੰਨੀ ਕਾਰਵਾਈ ਸੀਗੀ ਇਹਨਾਂ ਨੂੰ ਸਖਤੀ ਦੇ ਨਾਲ ਸ਼ੋਅ ਕੌਜ਼ ਨੋਟਿਸ ਭੇਜਿਆ ਸੀਗਾ। ਸ਼ੋਅ ਕੌਜ਼ ਨੋਟਿਸ 'ਤੇ ਅਗਰ ਇਹ ਸਾਨੂੰ ਸੈਟਿਸਫੈਕਟਰੀ ਆਨਸਰ ਨਹੀਂ ਮਿਲਦਾ ਤਾਂ ਇਹਨਾਂ ਦਾ ਲਾਇਸੈਂਸ ਜਿਹੜਾ ਆ ਆਪਾਂ ਸਸਪੈਂਡ ਕਰਾਂਗੇ, ਠੀਕ ਹੈ ਨਾ। ਸਸਪੈਂਡ ਕਰਨ ਦੇ ਬਾਅਦ ਜੇ ਫਿਰ ਵੀ ਇਹ ਨਹੀਂ ਹੁੰਦੇ ਤਾਂ ਇਹਨਾਂ ਦਾ ਮਤਲਬ ਆਪਾਂ ਸੀਲ ਕਰਾਂਗੇ ਸਟੋਰ। ਉਹ ਮੈਂ ਕੱਲ੍ਹ ਦੀ ਵੀ ਬੈਠ 'ਤੇ ਇਹੀ ਦੱਸਿਆ ਗਿਆ ਸੀ ਕਿ ਕੋਵਿਡ 19 ਦੇ ਨਾਲ ਦੇਖੋ ਕਿੰਨੀ ਦੁਨੀਆ ਅਵੇਅਰ ਆ। ਆਪਾਂ ਹੁਸ਼ਿਆਰਪੁਰ ਦੇ ਕੇਸਿਸ ਕੀ ਪੰਜਾਬ ਦੇ ਵੱਖ ਵੱਖ ਡਿਸਟ੍ਰਿਕਟਾਂ ਦੇ ਵਿੱਚ ਕੇਸਿਸ ਰਾਈਜ਼ ਹੁੰਦੇ ਆ, ਹਰ ਬੰਦਾ ਅਵੇਅਰ ਆ, ਹਰ ਬੰਦਾ ਮਤਲਬ। ਪਰ ਇੱਥੇ ਦੇਖਿਆ ਗਿਆ ਕਿ ਕਿੰਨੇ ਕਿੰਨੇ ਬੰਦੇ ਸਟੋਰ ਦੇ ਅੰਦਰ ਵਾੜ ਲਏ ਜਾਂਦੇ ਆ, ਉਹਨਾਂ ਦੇ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ। ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਹਾਂ ਵੀ ਚੱਕਰ ਲਗਾਏ ਹੋਣੇ 'ਚ, ਕੋਈ ਇੱਥੇ ਦੇਖ ਲਓ ਕੋਈ ਚੱਕਰ ਨਹੀਂ ਹੈ, ਕੋਈ ਮਤਲਬ ਸੈਨੇਟਾਈਜ਼ ਨਹੀਂ ਕਰਦਾ, ਸਿਰ 'ਤੇ ਕੈਪ ਨਹੀਂ ਲਗਾਏ, ਉੱਦਾਂ ਹੀ ਘੁੰਮਦੇ ਪਏ ਆ ਸਾਰੇ, ਠੀਕ ਹੈ ਨਾ ਜੀ। ਸੋ ਕੋਵਿਡ 19 ਨੂੰ ਵੀ ਇਹ ਫੋਲੋ ਨਹੀਂ ਕਰਦਾ, ਜਦਕਿ ਸਾਡਾ ਇਹ ਹੈ ਕਿ ਬਹੁਤੇ ਰਸ਼ ਨਹੀਂ ਪੈਣਾ ਚਾਹੀਦਾ ਸਟੋਰਾਂ ਦੇ ਵਿੱਚ। ਮੌਲ ਵੀ ਜ਼ਰੂਰਤਾਂ ਹੋਣ ਕਰਕੇ ਤਾਂ ਹੀ ਖੋਲ੍ਹੇ ਗੌਰਮੈਂਟ ਨੇ, ਪਰ ਉਹਦੇ ਵਿੱਚ ਕੋਵਿਡ 19 ਵੀ ਇਹ ਬਿਲਕੁਲ ਮਤਲਬ ਉਹਦੀਆਂ ਗਾਈਡਲਾਈਨ ਫੋਲੋ ਨਹੀਂ ਕਰਦਾ।